ਗੁਰੂ ਨਾਨਕ ਦੇਵ ਜੀ ਬਾਰੇ ਓਸ਼ੋ ਦੇ ਵਿਚਾਰ। ਨਾਨਕ ਕਹਿੰਦੇ ਹਨ, ਕੋਈ ਕਿੰਨੇ ਗੀਤ ਗਾਵੇ, ਇਹਨੂੰ ਕੋਈ ਪੂਰਾ ਨਹੀਂ ਕਰ ਸਕਿਆ। ਵੱਖਰੇ ਵੱਖਰੇ ਲੋਕ ਇਹਦੇ ਵੱਖਰੇ ਵੱਖਰੇ ਗੀਤ ਗਾਉਂਦੇ ਹਨ, ਕਿਉਂਕਿ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ਪਾਸਿਓਂ ਉਹਦੇ ਵੱਲ ਪੁੱਜਦੇ ਹਨ। ਉਹਨਾਂ ਦੇ ਗੀਤਾਂ 'ਚ ਕੋਈ ਵਿਰੋਧ ਵੀ ਨਹੀਂ ਹੈ। ਕਿੰਨਾ ਹੀ ਵਿਰੋਧ ਦੇਵੇ, ਵੇਦ ਵੀ ਉਹੀ ਕਹਿੰਦੇ ਆ, ਕੁਰਾਨ ਵੀ ਉਹੀ ਕਹਿੰਦਾ, ਲੇਕਿਨ ਮੁਹੰਮਦ ਦੇ ਪੁੱਜਣ ਦਾ ਢੰਗ ਹੋਰ, ਯਾਗ ਵਲਕੇਅਰ ਦੇ ਪੁੱਜਣ ਦਾ ਢੰਗ ਹੋਰ, ਬੁੱਧ ਵੀ ਉਹੀ ਕਹਿੰਦੇ ਆ ਜੋ ਨਾਨਕ ਕਹਿੰਦੇ ਆ, ਪਰ ਪੁੱਜਣ ਦਾ ਢੰਗ ਹੋਰ। ਅਨੰਤ ਦੁਆਰ ਹਨ ਉਹਦੇ, ਤੁਸੀਂ ਜਿੱਥੋਂ ਵੀ ਜਾਓ ਉਹੀ ਉਹਦਾ ਦੁਆਰ ਹੈ, ਅਤੇ ਤਦ ਤੁਸੀਂ ਆਪਣੇ ਦੁਆਰ ਦਾ ਵਰਣਨ ਕਰੋਗੇ। ਤੁਸੀਂ ਜਿਸ ਰਾਹ ਤੋਂ ਜਾਓਗੇ ਉਸ ਰਾਹ ਦਾ ਵਿਖਿਆਨ ਕਰੋਗੇ, ਦੂਜਾ ਜਿਹੜੇ ਰਾਹ ਪੁੱਜਾ ਹੈ ਉਸੇ ਰਾਹ ਦਾ ਵਿਖਿਆਨ ਕਰੇਗਾ, ਫਿਰ ਰਾਹ ਨਾਲ ਹੀ ਫਰਕ ਨਹੀਂ ਪੈਂਦਾ, ਤੁਹਾਡੀ ਸਮਝ, ਤੁਹਾਡੀ ਦ੍ਰਿਸ਼ਟੀ, ਤੁਹਾਡੀ ਭਾਵਦਸ਼ਾ। ਇੱਕ ਬਗੀਚੇ 'ਚ ਕਵੀ ਆਉਂਦਾ ਹੈ, ਗੀਤ ਗਾਉਂਦਾ ਹੈ, ਚਿੱਤਰਕਾਰ ਆਉਂਦਾ ਹੈ, ਚਿੱਤਰ ਬਣਾਉਂਦਾ ਹੈ, ਫੁੱਲਾਂ ਦਾ ਸੌਦਾਗਰ ਆਉਂਦਾ ਹੈ, ਫੁੱਲਾਂ ਦੀ ਕੀਮਤ ਦੇ ਸੰਬੰਧ 'ਚ ਸੋਚਦਾ ਹੈ, ਵਪਾਰ ਦੀ ਗੱਲ ਸੋਚਦਾ ਹੈ, ਵਿਗਿਆਨਕ ਆ ਜਾਏਗਾ ਅਤੇ ਫੁੱਲਾਂ ਦਾ ਵਿਸ਼ਲੇਸ਼ਣ ਕਰਕੇ ਵੇਖੇਗਾ ਕਿ ਉਹਨਾਂ 'ਚ ਰਸਾਇਣਿਕ ਤੱਤ ਕੀ ਹਨ। ਕੋਈ ਆਦਮੀ ਜਿਹੜਾ ਨਸ਼ੇ ਨਾਲ ਭਰਿਆ ਹੋਵੇ ਉਹ ਲੰਘ ਜਾਏਗਾ, ਉਹਨੂੰ ਫੁੱਲ ਵਿਖਾਈ ਨਹੀਂ ਪੈਣਗੇ। ਉਹ ਬਗੀਚੇ 'ਚੋਂ ਲੰਘਿਆ ਉਹਦਾ ਵੀ ਉਹਨੂੰ ਪਤਾ ਨਹੀਂ ਲੱਗੇਗਾ। ਤੁਸੀਂ ਜੋ ਵੀ ਵੇਖੋਗੇ ਉਹ ਤੁਹਾਡੀ ਖਿੜਕੀ 'ਚੋਂ ਦੇਖਿਆ ਗਿਆ, ਤੁਹਾਡੀ ਖਿੜਕੀ ਦਾ ਆਕਾਰ ਉਹਦੇ 'ਤੇ ਛਾ ਜਾਏਗਾ। ਨਾਨਕ ਕਹਿੰਦੇ ਆ, ਕੋਈ ਉਹਦੇ ਬਲ ਤਾਕਤ ਦਾ ਗੁਣ ਗਾਉਂਦੇ ਹੈ ਕਿ ਉਹ ਮਹਾਂਸ਼ਕਤੀਸ਼ਾਲੀ ਹੈ, ਪਰਮ ਸ਼ਕਤੀਸ਼ਾਲੀ ਹੈ, ਓਮਨੀ ਪੋਟੈਂਟ, ਸਰਵ ਸ਼ਕਤੀਸ਼ਾਲੀ ਹੈ। ਕੋਈ ਉਹਦਾ ਦਾਨ ਦਾ ਗੀਤ ਗਾਉਂਦੇ, ਉਹ ਪਰਮ ਦਾਤਾ ਹੈ। ਕੋਈ ਉਹਦੇ ਗੁਣ ਅਤੇ ਖੂਬਸੂਰਤੀ ਦਾ ਵਿਖਿਆਨ ਕਰਦੇ ਹੈ ਕਿ ਉਹ ਪਰਮ ਸੁੰਦਰ ਹੈ। ਕੋਈ ਉਹਨੂੰ ਕਹਿੰਦੇ ਆ ਸੱਤਿਆ, ਕੋਈ ਉਹਨੂੰ ਕਹਿੰਦੇ ਸ਼ਿਵ, ਕੋਈ ਉਹਨੂੰ ਕਹਿੰਦੇ ਸੁੰਦਰ। ਰਵਿੰਦਰਨਾਥ ਨੇ ਲਿਖਿਆ ਕਿ ਮੈਂ ਉਹਨੂੰ ਖੂਬਸੂਰਤੀ 'ਚ ਪਾਇਆ। ਇਹ ਤੋਂ ਪਰਮਾਤਮਾ ਦੇ ਸੰਬੰਧ 'ਚ ਕੋਈ ਖਬਰ ਨਹੀਂ ਮਿਲਦੀ, ਰਵਿੰਦਰਨਾਥ ਦੇ ਸੰਬੰਧ 'ਚ ਖਬਰ ਮਿਲਦੀ ਹੈ। ਗਾਂਧੀ ਕਹਿੰਦੇ ਉਹ ਮੇਰੇ ਲਈ ਸੱਤਿਯ ਹੈ, ਟਰੁੱਥ ਇਜ਼ ਗੋਡ। ਇਸ ਤੋਂ ਪਰਮਾਤਮਾ ਦੇ ਸੰਬੰਧ 'ਚ ਕੋਈ ਖਬਰ ਨਹੀਂ ਮਿਲਦੀ, ਗਾਂਧੀ ਦੇ ਸੰਬੰਧ 'ਚ ਖਬਰ ਮਿਲਦੀ ਹੈ। ਕਵੀ ਲਈ ਸੁੰਦਰਤਾ ਅਤੇ ਵਿੱਚ ਪਰਮਾਤਮਾ ਹੈ, ਪਰਮ ਸੁੰਦਰਤਾ। ਗਾਂਧੀ ਕਵੀ ਨਹੀਂ, ਗਾਂਧੀ ਤੋਂ ਘੱਟ ਕਵੀ ਲੱਭਣਾ ਮੁਸ਼ਕਿਲ ਹੈ। ਉਹ ਬਿਲਕੁਲ ਹਿਸਾਬੀ ਕਿਤਾਬੀ ਹਨ, ਕਵਿਤਾ ਨਹੀਂ, ਹਿਸਾਬ। ਹਿਸਾਬ ਦੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਪਰਮਾਤਮਾ ਸੱਤਿਯ ਹੈ। ਪ੍ਰੇਮ ਦੀ ਦ੍ਰਿਸ਼ਟੀ ਨਾਲ ਵੇਖੀਏ, ਵੇਖਣ 'ਤੇ ਤਾਂ ਪ੍ਰੇਮੀ, ਪ੍ਰੀਤਮ, ਪਿਆਰਾ। ਕਿਸ ਦ੍ਰਿਸ਼ਟੀ ਨਾਲ ਅਸੀਂ ਵੇਖਦੇ ਹਾਂ, ਸਾਡੀ ਦ੍ਰਿਸ਼ਟੀ ਦੀ ਖਬਰ ਮਿਲਦੀ ਹੈ। ਉਸ ਨਾਲ ਉਹ ਸਭ ਹੈ, ਇਕੱਠਾ ਹੋਰ ਕੋਈ ਵੀ ਨਹੀਂ ਹੈ। ਇਸ ਲਈ ਮਹਾਂਵੀਰ ਦਾ ਇੱਕ ਬਹੁਤ ਅਨੋਖਾ ਪ੍ਰਯੋਗ ਹੈ ਚਿੰਤਨ ਦੇ ਸੰਬੰਧ 'ਚ, ਕਿ ਜਦ ਤੱਕ ਤੁਹਾਡੀ ਦ੍ਰਿਸ਼ਟੀ ਨਾ ਛੁੱਟ ਜਾਏ ਤਦ ਤੱਕ ਤੁਸੀਂ ਉਹਨੂੰ ਨਹੀਂ ਜਾਣ ਸਕੋਗੇ, ਕਿਉਂਕਿ ਤੁਸੀਂ ਜੋ ਵੀ ਜਾਣੋਗੇ ਉਹ ਤੁਹਾਡੀ ਦ੍ਰਿਸ਼ਟੀ ਹੋਏਗੀ। ਮਹਾਂਵੀਰ ਉਹਨੂੰ ਕਹਿੰਦੇ ਆ ਨਿਆ ਦ੍ਰਿਸ਼ਟੀ, ਅਤੇ ਦਰਸ਼ਨ ਤਦ ਮਿਲੇਗਾ ਜਦ ਸਾਰੀ ਦ੍ਰਿਸ਼ਟੀ ਛੁੱਟ ਜਾਏਗੀ, ਪਰ ਤਦ ਤੁਸੀਂ ਚੁੱਪ ਹੋ ਜਾਓਗੇ, ਕਿਉਂਕਿ ਬਿਨਾਂ ਵੇਖਿਆਂ ਤੁਸੀਂ ਬੋਲੋਗੇ ਕਿਵੇਂ? ਜਦ ਕੋਈ ਵੀ ਦ੍ਰਿਸ਼ਟੀ ਨਹੀਂ ਹੋਏਗੀ ਤਦ ਉਹਦੇ ਵਰਗੇ ਹੋ ਜਾਓਗੇ, ਤਦ ਬੋਲੋਗੇ ਕਿਵੇਂ? ਤਦ ਤੁਸੀਂ ਉਨੇ ਵਿਸਤੀਰਨ ਹੋ ਜਾਓਗੇ, ਤਦ ਤੁਸੀਂ ਆਕਾਸ਼ ਦੇ ਨਾਲ ਲੀਨ ਹੋ ਜਾਓਗੇ, ਤੁਸੀਂ ਬੋਲੋਗੇ ਕਿਵੇਂ? ਤੁਸੀਂ ਵਿਖਰੇ ਹੀ ਨਹੀਂ ਰਹੋਗੇ, ਸਾਰੀਆਂ ਦ੍ਰਿਸ਼ਟੀਆਂ ਵੱਖਰੇ ਹੋਣ ਵਾਲੇ ਦੀਆਂ ਦ੍ਰਿਸ਼ਟੀਆਂ ਹਨ। ਧੰਨਵਾਦ।